ਹੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜਿੱਦਾਂ ਕਿ ਦਰਸ਼ਨ ਦਿਦਾਰੇ ਕਰਕੇ ਹੁਣ ਪਹੁੰਚ ਗਿਆ ਪਿੰਡ, ਅਤੇ ਆਪਣੀ ਲਾਈਫ ਫਿਰ ਚਾਲੂ ਆ ਫਾਰਮਿੰਗ ਵਾਲੀ। ਅਤੇ ਗੰਨਾ ਛਿੱਲਿਆ ਪਿਆ ਵਾ, ਅਤੇ ਆਰਡਰ ਆ ਵੀ ਅੱਜ ਲੋਡ ਕਰਵਾਉਣਾ ਵਾ, ਅਤੇ ਟਰਾਲੀ ਲੈ ਕੇ ਆਇਆ ਮੈਂ। ਇੱਕ ਤਰ੍ਹਾਂ ਹਵਾ ਪਾਣੀ ਚੈੱਕ ਕਰਾ ਲਈਏ, ਅਤੇ ਅੱਡੇ 'ਤੇ ਲਿਆਉਂਦੀ, ਅੱਡੇ 'ਤੇ ਲੈ ਕੇ ਆਇਆ, ਅਤੇ ਹਵਾ ਚੈੱਕ ਕਰਾ ਲਈਏ ਹਵਾ ਵਾਲੀ ਦੁਕਾਨ 'ਤੇ ਆ। ਅਤੇ ਗੰਨਾ ਲੱਦਣਾ ਫਿਰ ਹਵਾ ਚੈੱਕ ਹੋਈ ਗਈ, ਡਰ ਨਿਕਲਿਆ ਰਹਿੰਦਾ ਵੀਰ ਆਇਆ ਇਹਦੇ ਕੋਲ ਹਵਾ ਭਰਾਉਣ। ਲਓ ਜੀ, ਹੁਣ ਪਹੁੰਚ ਗਏ ਆਪਣੀ ਮੋਟਰ 'ਤੇ, ਅਤੇ ਹੁਣ ਚੱਲੇ ਹਾਂ ਪੈਲੀ 'ਚ ਫਾਰਮਿੰਗ ਲੈਫ ਡੇ ਗੰਨਾ ਲੋਡ ਕਰਨ। ਛੇਤੀ ਸੀ ਅਤੇ ਕਰਕੇ ਮੈਂ ਚੱਲਿਆ ਵਾਂ, ਫਿਰ ਆਣ ਕੇ ਟਰੈਕਟਰ ਕੱਢਦੇ ਹਾਂ ਅਤੇ ਦੇ ਬੰਦੇ ਲੱਦਣ, ਅਤੇ ਜੱਟਾਂ ਦੇ ਕੰਮ ਤਾਂ ਇੱਦਾਂ ਚੱਲੀ ਜਾਣੇ ਆ, ਇੱਕ ਖਾ ਗਿਆ ਅਤੇ ਇੱਕ ਚੱਲ ਗਿਆ। ਅਤੇ ਚਲੋ ਬਾਕੀ ਤੁਹਾਨੂੰ ਵਿਖਾਉਂਦੇ ਮਿਲ ਮੁਲ 'ਚ ਕਿੱਦਾਂ ਗੰਨਾ ਦਾ ਕੀ ਹਿਸਾਬ ਕਿਤਾਬ ਉੱਥੇ। ਟਰੈਕਟਰਾਂ ਦਾ ਪੂਰਾ ਜ਼ੋਰ ਲੱਗਦਾ, ਅਤੇ ਇੱਥੇ ਟਰਾਲੀ ਆਣ ਕੇ ਅਤੇ ਬੈਚ ਲਿਖੀ ਪਲਟ ਚੱਲੀ, ਮਾਂ ਨਿਕਲੀ ਆ। ਬਾਬੇ ਨੇ ਮਿਹਰ ਕੀਤੀ ਅਤੇ ਮਾਂ ਆ ਕੇ ਕਿੱਡੇ ਜ਼ੋਰ ਨਾਲ ਗਈ ਟਰਾਲੀ, ਰਾਹ ਪਾੜਤਾ ਟਰਾਲੀ ਨੇ, ਅਰਕਾਂ ਵਜਨ ਨੇ ਕੰਨੇ ਨੇ ਨਾ, ਰਾਹ 'ਚ ਤਰੇੜਾਂ ਪੈ ਗਈਆਂ। ਐਂਡਲਾ ਫੇਰਾ ਵਾ, ਪਰ ਲੱਤ ਅਰਕਾਂ ਥੋੜ੍ਹੀ ਖਰਾਬ ਹੋ ਗਈ ਪਿੱਛੋਂ, ਬੰਦਿਆਂ ਨੇ ਟੇਢੀ ਕਰਤੀ ਮਗਰਲੇ ਬੰਨਿਆਂ ਕੀ ਬਣਾਤਾ। ਇੱਧਰ ਇੱਕ ਝੋਟਾ ਗਾੜੀ ਖਲੋਤਾ, ਕਰਕੇ ਅਰਦਾਸ ਤੇ ਹੁਣ ਪਾਤੇ ਆ ਮੇਲ ਨੂੰ ਚਾਲੇ। ਤੇ ਲੱਦ ਸਾਰੀ ਨਿਕਲੀ ਸੀ ਬਾਹਰ ਨੂੰ, ਤੇ ਬੜੇ ਜ਼ੋਰ ਦਾ ਰਿਸਕੀ ਸੀ ਕੰਮ ਅਰਕਾ। ਇਹ ਸੰਗ ਦੇ ਮੇਲੇ ਕਰਕੇ ਰੌਣਕਾਂ ਲੱਗੀਆਂ ਵਾ, ਹਰਚਵਾਲ ਤੋਂ ਜਿਹੜਾ ਘੇੜੀ ਨੂੰ ਰੋਡ ਜਾਂਦਾ ਵਾ, ਤੇ ਕਿੰਨੇ ਦਿਨ ਹੋ ਗਏ ਸੰਗ ਤੋਂ ਕੀਤੀਆਂ ਰੌਣਕਾਂ ਪੂਰੀਆਂ। ਇੱਥੇ ਜੋ ਜੋਏ ਵਾਲੇ ਮੋੜ 'ਤੇ ਪਹੁੰਚ ਜਾਈਦਾ, ਅਤੇ ਇੱਥੋਂ ਪਰਚੀ ਕਟਾਉਣੀ ਪੈਂਦੀ, ਅਤੇ ਫਿਰ ਅੱਗੇ ਜਾਈਦਾ ਪਰਚੀ ਲੈ ਕੇ ਇਹਨਾਂ ਕੋਲ ਲਿਖ ਕੇ। ਹੁਣ ਲੱਦ ਨੂੰ ਮਾਰ ਗਈ ਝਾਤੀ, ਅਤੇ ਲੱਦ ਜਿਹੜੀ ਆ ਜਦੋਂ ਤੁਰੇ ਹਾਂ ਉਹਦੇ ਨਾਲ ਉਹ ਕਿੰਨੀ ਹੋਰ ਬਾਹਰ ਨੂੰ ਨਿਕਲਦੀ ਹੈ, ਕਿਉਂਕਿ ਰੋਡ ਵੀ ਇਹ ਬੰਨੇ ਨੂੰ ਟੇਢ ਨੀਵਾਂ ਹੁੰਦਾ ਰਹਾ, ਨਿਵਾਣ ਕਰਕੇ ਇੱਧਰ ਨੂੰ ਲੱਦ ਨਿਕਲੀ ਸੀ। ਜਦੋਂ ਮਿਲਦੇ ਲਾਗੇ ਪਹੁੰਚ ਗਏ, ਅਤੇ ਚਾਰ ਸਵੇਰੇ ਟਰੱਕ ਖਲੋਤੇ ਮਿਲਦੇ ਆ, ਅਤੇ ਇੱਥੇ ਟਰੱਕ ਜਿੰਨੀਆਂ ਵੀ ਆ ਦਫ਼ਤਰ ਵੀ ਇਹਨਾਂ ਦੇ, ਕਿਉਂ ਇੱਧਰੋਂ ਲੋਡ ਲੱਦ ਕੇ ਖੜ੍ਹਦੇ ਆ। ਅਤੇ ਚਾਰ ਸਵੇਰੇ ਕੋਈ ਟੈਂਕੀਆਂ ਵਾਲੀਆਂ, ਕੋਈ ਖਾਲੀ ਆ, ਕੋਈ ਵੰਡ ਵਾਲੀਆਂ ਗੱਡੀਆਂ, ਸਾਰੀਆਂ ਇੱਥੇ ਚਾਰ ਸਵੇਰੇ ਖਲੋਤੀਆਂ ਮਿਲ ਜਾਂਦੀਆਂ। ਅਤੇ ਆ ਗਏ ਹੁਣ ਮਿਲ ਦੇ ਗੇਟ 'ਤੇ ਪਹੁੰਚ ਗਏ ਹਾਂ, ਅਤੇ ਬਾਕੀ ਤੁਹਾਨੂੰ ਹੁਣੇ ਮਿਲ ਦੇ ਵਿੱਚ ਜਿੱਥੇ ਟੋਕਨ ਲੱਗਦਾ ਵਾ, ਅਤੇ ਸਾਰਾ ਇੱਥੇ ਐਂਟਰੀ ਹੋਣੀ ਹੁਣ ਹੋ ਗਈ ਆ ਮਿਲ ਦੇ ਵਿੱਚ ਐਂਟਰੀ, ਅਤੇ ਗੇਟ ਨੰਬਰ 1 ਐਂਟਰ ਕਰ ਲਿਆ, ਅਤੇ ਇਹ ਟੋਕਨਾਂ ਵਾਲਾ ਵਾ ਜਿੱਥੇ ਟੋਕਨ ਲੱਗਦੇ ਆ, ਟੋਕਨ ਕਾਊਂਟਰ। ਅਤੇ ਹੁਣ ਇਹਨੇ ਸਕਿਉਰਟੀ ਗਾਰਡ ਨੇ ਮੇਰੇ ਕੋਲ ਪਰਚੀ ਲੈ ਕੇ ਅੰਦਰ ਗਿਆ ਟੋਕਨ ਲਵਾਉਣ, ਅਤੇ ਟੋਕਨ ਲਵਾ ਕੇ ਹੁਣ ਪਰਚੀ ਦੇ ਦਿੱਤੀ ਆ, ਹੁਣ ਲੈਣ 'ਚ ਜਾਂਦੇ ਜਾ ਕੇ ਡੱਕੋ। ਹੁਣ ਟੋਕਨ ਲੱਗ ਗਿਆ, ਅਤੇ ਹੁਣ ਉਹ ਪਹੁੰਚ ਗਿਆ ਮੇਲ ਦੇ ਯਾਰਡ ਦੇ ਵਿੱਚ, ਅਤੇ ਜਿਹੜਾ ਕਿ ਥੱਲੇ ਠਾਣ ਨਵਾਣ 'ਚ ਪੈਂਦਾ ਵਾ, ਯਾਰਡ ਕਾਫੀ ਵੱਡਾ ਵਾ, ਅਤੇ 'ਚ ਲੈਣਾ ਲੱਗੀਆਂ ਵਾ। ਅਤੇ ਲੈਣਾ ਦੇ ਹਿਸਾਬ ਨਾਲ ਇੱਕ ਬੰਨੇ ਲੈਣਾ ਲੱਗੀਆਂ ਜਿਹੜੀਆਂ ਜਿਨ੍ਹਾਂ ਦੀ ਵਾਰੀ ਆਈ ਆ, ਇੱਕ ਬੰਨੇ ਜਿਹੜੇ ਸਾਡੇ ਵਰਗੇ ਹੁਣ ਆਏ ਅਸੀਂ ਲੈ ਕੇ ਆਪਣੀ ਲੈਣ ਦੇ ਵਿੱਚ ਲੱਗੇ ਨੰਬਰ ਵਾਈਜ਼ ਖੜ੍ਹੀ ਕਰਨ, ਫਿਰ ਨੰਬਰ ਵਾਈਜ਼ ਖੜ੍ਹੀ ਕਰਕੇ ਅਤੇ ਫਿਰ ਅਗਲੇ ਦਿਨ ਵਾਰੀ ਆਉਣੀ 24 ਘੰਟੇ ਬਾਅਦ। ਅਤੇ ਖੜ੍ਹੀ ਕਰਤੀ ਟਰਾਲੀ, ਅਤੇ ਲੱਦ ਦੀ ਵੇਖੋ ਕੀ ਹਾਲਤ ਬਣ ਗਈ ਆ, ਪਿੱਛੋਂ ਬਹੁਤ ਜ਼ਿਆਦਾ ਬਾਹਰ ਨਿਕਲੀ ਸੀ, ਅਤੇ ਇੱਥੇ ਤੱਕ ਮਾਹੇ ਪਹੁੰਚੀ ਆ। ਐਂਡਲਾ ਫੇਰਾ ਸੀ, ਇਹ ਮਿਲ ਦੇ ਗੇਟ ਵਾ ਜਿੱਥੋਂ ਐਂਟਰੀ ਕਰਦੇ ਆ, ਜਿੱਥੋਂ ਕਿ ਟੋਕਨ ਵਾਲੇ ਜਿੱਥੇ ਕੰਡਾ ਹੁੰਦਾ ਆਪਣੀ ਖੜ੍ਹੀ ਕਰਤੀ ਆ, ਲੈਣ ਦੇ ਵਿੱਚ ਨੰਬਰ ਮਿਲ ਗਿਆ ਵਾ, ਅਤੇ ਹੁਣ ਸਵੇਰੇ ਦਿਵਾਲੀ ਆਉਣੀ ਆ, ਅਤੇ ਹੁਣ ਚੱਲੇ ਹਾਂ ਪਿੰਡ, ਅਤੇ ਟਰਾਲੀ ਡੱਕ ਚੱਲੇ ਹਾਂ ਇੱਥੇ। ਆਹ ਖਲੋਤਾ ਹੁਣ ਆਪਣੇ ਵਾਲਾ ਝੋਟਾ, ਇਹ ਵੀ ਲੈਣ ਦੇ ਵਿੱਚ ਸਭ ਤੋਂ ਅੱਗੇ ਨੰਬਰ ਲੱਗਾ ਸਾਡਾ, ਅਤੇ 1 ਨੰਬਰ 'ਤੇ ਆ। ਇਹ ਟਰਾਲੀਆਂ ਖਲੋਤੀਆਂ ਵਾ ਜਿਹੜੀਆਂ ਹੁਣ ਆਈਆਂ ਵਾ, ਅਤੇ ਸਭ ਇੱਥੇ ਹੁਣ ਕੋਈ ਵੀ ਨਹੀਂ ਇੱਥੇ ਹੈਗਾ। ਇਹ ਟਰਾਲੀਆਂ ਉਹ ਜਿਹੜੀਆਂ ਜਿਨ੍ਹਾਂ ਦੀ ਵਾਰੀ ਆਉਂਦੀ ਆ, ਇਹਨਾਂ ਵੱਲ ਰੌਣਕ ਦੇ ਹੰਢੀ ਆ, ਲੋਕ ਪਹੁੰਚ ਗਏ ਨੰਬਰ ਵਾਰੀ ਦਿਖਾਉਣ। ਅਗਲਾ ਦਿਨ ਚੜ੍ਹ ਗਿਆ ਵਾ, ਅਤੇ ਵਾਰੀ ਆਪਣੀ ਆ ਗਈ ਆ,
ਅਤੇ ਮੈਂ ਵਾਰੀ ਤੋਂ ਲੇਟ ਵਾਂ, ਕੁਛ ਟਰਾਲੀਆਂ ਲੰਘ ਗਈਆਂ ਮੇਰੀ ਲੈਣ ਦੇ ਮਗਰੋਂ, ਅਤੇ ਅਸੀਂ ਵੀ ਹੁਣ ਟਰਾਲੀ ਕਰਤੀ ਹੈ ਖੜ੍ਹੀ ਲੈਣ ਦੇ ਵਿੱਚ, ਅਤੇ ਲੈਣਾ ਲੱਗ ਗਈਆਂ ਵਾਂ ਵਾਰੀ ਵਾਲੀਆਂ। ਅਤੇ ਇਹ ਗੰਨੇ ਦੀ ਬੈਕ ਸਾਈਡ ਕੀ ਹਾਲਾਤ ਬਣੇ ਆ। ਚਲੋ ਹੁਣ ਪਹੁੰਚ ਗਏ ਟਿਕਾਣੇ, ਕੋਈ ਗੱਲ ਨਹੀਂ। ਅਤੇ ਲੱਗ ਗਏ ਨੰਬਰ ਵਾਈਜ਼, ਅਤੇ ਜਿਹੜੇ ਕੁਛ ਪਿੱਛੇ ਰਹਿੰਦੇ ਅਜੇ ਆਉਣ ਵਾਲੇ, ਜਿੱਦਾਂ ਇਹ ਵੀਰ ਜਿਹੜਾ ਲੇਟ ਸੀ, ਇਹ ਆਣ ਕੇ ਗੇਤਾ ਡਿਆ ਹੁਣ ਪਿੱਛਿਆਂ ਦੀ ਕੱਢ ਲਿਆਇਆ। ਅਤੇ ਬਾਕੀ ਨੰਬਰ ਵਾਈਜ਼ ਵਾਰੀ ਅੱਧੀ, ਕੋਈ ਇਹੋ ਜਿਹੀ ਟੈਨਸ਼ਨ ਨਹੀਂ ਹੈ। ਅਤੇ ਜੇ ਕੋਈ ਬੰਦਾ ਲੇਟ ਵੀ ਹੋਜੇ 5-7 ਮਿੰਟ, ਕੋਈ ਗੱਲ ਨਹੀਂ, ਚੱਲ ਜਾਂਦਾ ਇੱਥੇ। ਅਤੇ ਬੁੱਟਰ ਵਾਲੀ ਮਿਲ 'ਚ ਨਹੀਂ ਚੱਲਦਾ, ਇੱਥੇ ਚੱਲੀ ਜਾਂਦਾ ਸਾਰਾ ਕੁਛ। ਹੁਣ ਲੱਗੀ ਲੈਣ ਆਪਣੀ ਵੀ ਤੁਰਨ, ਅਤੇ ਗਾੜੀ ਟਰਾਲੀਆਂ ਜਮ੍ਹਾਂ ਆਈਆਂ ਦੇ ਕਰਕੇ ਖਿਲਾ ਰਹੇ ਆ। ਇਹ ਮਿਲ ਦਾ ਵਿਊ ਆ, ਚਾਰ ਸਵੇਰੇ ਟਰਾਲੀਆਂ ਖਲੋਤੀਆਂ ਵਾਂ। ਕੁਛ ਜਿਹੜੀਆਂ ਟਰਾਲੀਆਂ ਜਿਹੜੇ ਡੱਕ ਜਾਂਦੇ ਟਾਈਮ ਨਾਲ ਸਾਈਡ 'ਤੇ ਕਰਕੇ ਵੀ ਅਸੀਂ ਲੇਟ ਆ ਜਾਵਾਂਗੇ ਉਹਨਾਂ ਵਾਲੀਆਂ ਟਰਾਲੀਆਂ ਆਏ। ਅਤੇ ਗਾੜੀ ਇਹ ਮਿਲ ਦਾ ਵਿਊ ਆ, ਇੱਥੇ ਜੇ ਕਿਤੇ ਗੰਨਾ ਵੱਧ ਜਾਏ ਤਾਂ ਉਹ ਇੱਥੇ ਲਿਆਉਣ ਕੇ ਸੁੱਟ ਜਾਂਦਾ ਵਾ, ਅਤੇ ਮੁੜ ਕੇ ਖਾਲੀ ਕਰਾ ਕੇ ਅਤੇ ਲੱਦ ਲੁੱਦ ਕੇ ਲੈ ਜਾਂਦੇ ਆ। ਅਤੇ ਇਹ ਉਹ ਗਾੜੀ ਸਾਹਮਣੇ ਡਈਆਂ ਚੁੰਡੀਆਂ ਚੱਲਣ, ਅਤੇ ਇਹ ਹੁਣ ਅਸੀਂ ਪਹੁੰਚ ਚੱਲੇ ਹਾਂ ਜਿੱਥੇ ਵੇਟ ਹੋਣਾ ਟਰਾਲੀ ਦਾ। ਇਹ ਮਿਲ ਵਾ ਜਿੱਥੇ ਖੰਡ ਖੁੰਡ ਬਣਦੀ ਹੈ ਸਾਰਾ, ਬੈਲਰ ਬੁਲਰ ਜੋ ਵੀ ਇੱਧਰਲੇ ਬੰਨੇ ਸਾਰਾ, ਅਤੇ ਬਹੁਤ ਤਗੜੀ ਮਿਲ ਵਾ। ਬਾਕੀ ਵਧੀਆ ਵਾ ਲਾਗੇ ਕਰਕੇ, ਸਾਨੂੰ ਵੀ ਮੌਜ ਵਾ, ਅੱਗੇ ਦੂਰ ਜਾਣਾ ਪੈਂਦਾ ਹੈ। ਹੌਲੀ ਹੌਲੀ ਕਰਕੇ ਆ ਗਏ ਅਸੀਂ ਵੀ ਲਾਗੇ ਮਿਲ ਕੰਡੇ ਦੇ, ਅਤੇ ਰਹਿ ਗਈਆਂ 2 ਕੁ ਟਰਾਲੀਆਂ, ਫਿਰ ਆਪਣਾ ਵਜਨ ਹੋ ਜਾਣਾ ਵਾ, ਅਤੇ ਫਿਰ ਉਹ ਪਾਰ ਚਲ ਗਏ, ਅਤੇ ਫਿਰ ਉੱਥੇ ਲੈਣਾ ਲੱਗਣੀਆਂ ਵਾ। ਇਹ ਖਾਲੀ ਜਿਨ੍ਹਾਂ ਦਾ ਗੰਨਾ ਵਧਿਆ ਸੀ ਲਾ ਕੇ ਗਏ, ਹੁਣ ਲੱਦਣ ਵਾਸਤੇ ਟਰਾਲੀਆਂ ਲੈ ਆਉਂਦੇ, ਇੱਦਾਂ ਡੱਕ ਕੇ ਆਪਣਾ ਲੱਦ ਕੇ ਅਤੇ ਘਰ ਨੂੰ ਲੈ ਜਾਂਦੇ। ਆ ਗਈ ਵਾਰੀ, ਸਕਿਉਰਿਟੀ ਗਾਰਡ ਨੇ ਮਾਰਤਾ ਹੱਥ, ਕਹਿੰਦਾ ਲੈ ਆ ਕੰਡੇ ਦੇ ਉੱਤੇ, ਅਤੇ ਆਪਣਾ ਨੰਬਰ ਆ ਗਿਆ ਵਾ। ਹੁਣ ਵਜਨ ਕਰਾ ਕੇ ਵੇਖਦੇ ਕਿੰਨਾ ਹੁੰਦਾ ਗੰਨਾ। ਅਤੇ ਚੜ੍ਹ ਗਈ ਹੈ ਟਰਾਲੀ ਕੰਡੇ ਦੇ ਉੱਤੇ, ਅਤੇ ਇੱਥੇ ਡੈ ਪਿਆ ਮੀਟਰ ਆਉਣਾ, ਉਹ 300 ਦੇ ਲਾਗੇ ਮੈਨੇ ਧੜਾ ਚਲ ਗਿਆ ਵਾ। ਅਤੇ ਹੁਣ ਉੱਤਰ ਕੇ ਵੇਖਦੇ ਕਿੰਨਾ ਵਜਨ ਵਾ, ਅਤੇ ਇਹ 296 ਕੁਇੰਟਲ ਹੋਇਆ ਧੜਾ ਸਾਰਾ। ਅਤੇ ਕਹਿੰਦੇ ਗੰਨਾ ਵੱਧ ਗਿਆ, ਇਸ ਕਰਕੇ ਇਹਨਾਂ ਮੈਨੂੰ ਘੱਲਿਆ ਸੀ, ਮੈਂ ਧੜਾ ਲਾਸਟ ਪਰਚੀ ਕਰਕੇ ਧੜਾ ਵਧਾਉਣਾ ਸੀ, ਦੇਖ ਕਰਕੇ ਕਹਿੰਦੇ ਜਾ ਕੇ ਅਤੇ ਅੰਦਰੋਂ ਕਢਾ ਕੇ ਲਿਆ ਪ੍ਰਿੰਟ ਆਊਟ, ਉਹ ਤੋਂ ਬਿਨਾਂ ਫਿਰ ਜੋਖਦੇ ਨਹੀਂ ਹੈ ਵੱਧ ਕੰਡਾ ਜਿਹੜਾ ਵਾ। ਅਤੇ ਹੁਣ ਪ੍ਰਿੰਟ ਆਊਟ ਕਢਾ ਕੇ ਲਿਆਂਦਾ ਵਾ, ਅਤੇ ਹੁਣ ਦੁਬਾਰਾ ਫਿਰ ਟਰਾਲੀ ਕੰਡੇ 'ਤੇ ਚਾੜ ਕੇ ਅਤੇ ਵਜਨ ਕਰਾਉਣਾ ਵਾ, ਅਤੇ ਫਿਰ ਵਜਨ ਕਰਾ ਕੇ ਫਿਰ ਅਗਲੇ ਬੰਨੇ ਲੈਣ 'ਚ ਲੱਗਣਾ। ਹੁਣ ਹੋ ਗਿਆ ਵਜਨ ਪੱਕਾ, ਤਾਂ ਕੰਡਾ ਸਾਡਾ ਹੋ ਗਿਆ ਵਾ, ਅਤੇ ਲੈਣ 'ਚ ਟਰਾਲੀ ਡੱਕਤੀ ਆ। ਇੱਥੇ ਲਿਆਣ ਕੇ ਰੱਸੇ ਖੋਲ੍ਹਦੇ ਆ ਸਾਰੇ, ਰੱਸੇ ਖੋਲ੍ਹ ਕੇ ਫਿਰ ਗਾੜੀ ਚੁੰਡੀਆਂ ਥੱਲੇ ਜਾਣੀਆਂ ਟਰਾਲੀਆਂ, ਅਤੇ ਇੱਥੇ ਸਾਰਿਆਂ ਰੱਸੇ ਖੋਲ੍ਹ ਕੇ ਤਾਂ ਆਪਣੇ ਰੱਸੇ ਲੈਣਦੇ ਆ ਸਾਂਭ, ਇਹ ਗਾੜੀ ਚੁੰਡੀਆਂ ਚੱਲਣੀਆਂ ਵਾ। ਇਹ ਧੜੇ ਜਿਹੜਾ ਵਜਨ ਕਰਾ ਕੇ ਆਉਂਦੀਆਂ ਟਰਾਲੀਆਂ, ਇੱਧਰ ਨੂੰ ਵਜਨ ਕਰਾ ਕੇ ਗਾਂ ਨੂੰ ਤੁਰੀਆਂ ਆਉਂਦੀਆਂ ਇੱਦਾਂ ਸਿੱਧੀਆਂ। ਇਹ ਚੁੰਡੀਆਂ ਥੱਲੇ ਟਰਾਲੀਆਂ ਜਿਨ੍ਹਾਂ ਦਾ ਨੰਬਰ ਆਈ ਜਾਂਦਾ ਡੱਕੀ ਜਾਂਦੇ ਗਾੜੀ, ਅਤੇ ਫਿਰ 2-2 ਟਰਾਲੀਆਂ ਡੱਕਦੇ ਆ ਸਿੱਧੀਆਂ ਆਮੋ ਸਾਹਮਣੇ, ਅਤੇ ਫਿਰ ਇੱਕ ਵਿਹਲੀ ਹੋ ਜਾਂਦੀ ਦੂਜੀ ਉਹਦੇ ਪਿੱਛੇ। ਹੁਣ ਆ ਗਈ ਆਪਣੀ ਟਰਾਲੀ ਦੀ ਵਾਰੀ, ਅਤੇ ਚਲੋ ਟੈਨਸ਼ਨ ਖਤਮ ਹੋਈ, ਜਿੱਦਾਂ ਦੀ ਲੱਦ ਸੀ ਉਹਦੇ ਹਿਸਾਬ ਨਾਲ ਟੈਨਸ਼ਨ ਹੀ ਹੁੰਦੀ ਆ, ਜਦ ਤੱਕ ਕੰਨਾ ਲੱਥਦਾ ਨਹੀਂ ਆ। ਇਹ ਚੁੰਡੀਆਂ ਡੀਆਂ ਚੱਲਣ, 4 ਸਵੇਰੇ ਲੋਕਾਂ ਨੇ ਟਰਾਲੀਆਂ ਖਿਲਾਰੀਆਂ ਵਾ, ਅਤੇ ਇਹ ਇੱਦਾਂ ਲਿਆ ਕੇ ਚੁੰਡੀਆਂ ਲੰਘਦੀਆਂ ਵਾ, ਅਤੇ ਇਹ ਥੱਲੇ ਡੂੰਘਾ ਇਹਨੂੰ ਬੋਲ ਦਿੰਦੇ ਆ, ਇਹਦੇ ਵਿੱਚ ਜਦੋਂ ਸੁੱਟੀ ਜਾਂਦੀ ਆ ਫਿਰ ਆਪਣੇ ਹਿਸਾਬ ਨਾਲ ਚੱਲੀ ਜਾਂਦਾ ਵਾ। ਬੈਲਟ ਵਾਂਗੂ ਬੈਲਟ ਬਣੀ ਹੈ ਲੋਹੇ ਦੀ, ਆਪਣੇ ਹੌਲੀ ਹੌਲੀ ਚਾਲ ਨਾਲ ਚੱਲੀ ਜਾਣਾ ਗਾੜੀ, ਜਿੱਦਾਂ ਜਿੱਦਾਂ ਦੇ ਉਹਦੇ ਜੁਗਾੜ ਲੱਗੇ ਵੱਢ ਵੱਢ ਕੇ ਸੁੱਟੀ ਜਾਂਦੇ ਆ, ਫਿਰ ਗਾੜੀ ਵੇਲਣੇ ਵੁਲਣੇ ਆ, ਜਿੱਦਾਂ ਮਿਲ ਦਾ ਪ੍ਰੋਸੈਸ ਵਾ ਉਹਦੇ ਹਿਸਾਬ ਨਾਲ ਅੱਗੇ ਜਾ ਕੇ ਖੰਡ ਬਣਦੀ ਆ। ਅਤੇ ਵਧੀਆ ਵਾ ਮੇਲੇ ਦੇ ਵਿੱਚ ਆਪਣਾ, ਹੁਣ ਤਾਂ ਟਾਈਮ ਥੋੜ੍ਹਾ ਲੱਗਣ ਡਿਆ, 24 ਘੰਟੇ ਲੰਘ ਜਾਂਦੇ ਫਿਰ ਵੀ, ਅਤੇ ਪਹਿਲਾਂ 3-3 ਦਿਨ ਵੀ ਲਾ ਕੇ ਗਏ ਹਾਂ ਟਰਾਲੀਆਂ। ਇਹ ਵੀ ਲਾਗੇ ਕਰਕੇ ਮੌਜ ਆ ਵੀ ਡੱਕ ਕੇ ਆ ਜਾਈਦਾ ਘਰਾਂ ਨੂੰ, ਨਹੀਂ ਤਾਂ 3 ਦਿਨ ਕੱਢਣੇ ਬੜੇ ਔਖੇ ਹੋ ਜਾਂਦੇ ਆ। ਜਿਹੜੇ ਦੂਰ ਆਉਂਦੇ ਵੀਰ ਉਹਨਾਂ ਨੂੰ ਰੁਕਣਾ ਹੀ ਪੈਂਦਾ ਵਾ, ਉਹਨਾਂ ਨੂੰ ਫਿਰ ਵੱਜਣਾ ਪੈਂਦਾ ਲਾਗੇ, ਅਤੇ ਲਾਗੇ ਵਾਲਿਆਂ ਨੂੰ ਇਹ ਮੌਜ ਆ ਵੀ ਆਪਣਾ ਡੱਕ ਕੇ ਟਰਾਲੀ 'ਤੇ ਘਰ ਨੂੰ ਆ ਜਾਓ। ਅਤੇ ਫਿਰ ਵੀ ਚਲੋ ਧਿਆਨ ਤਾਂ ਹੁੰਦਾ ਹੀ, ਟਰੈਕਟਰ 'ਚ ਚੋਰੀ ਚਾਰੀ ਬਥੇਰੀ ਹੁੰਦੀ ਆ, ਬਾਕੀ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ, ਆਪਣੀ ਬਚਾਅ ਵੀ ਕਰਨਾ ਪੈਂਦਾ ਵਾ। ਅਤੇ ਇੱਥੇ ਆ ਵੀ ਚੁੰਡੀਆਂ ਇੱਦਾਂ ਚੱਲਦੀਆਂ ਮਿਲ ਦੇ ਵਿੱਚ, ਅਤੇ ਇੱਧਰ ਖਾਲੀ ਜਦੋਂ ਬਾਡੀ ਰਹਿ ਜਾਂਦੀ ਨਾ ਫਿਰ ਦੂਸਰੀ ਸਾਈਡ 'ਤੇ ਘੱਲ ਦਿੰਦੇ ਵੀ ਉੱਧਰ ਜਾ ਕੇ ਖਲਵਾਓ, ਕਿਉਂਕਿ ਕਈਆਂ ਦੀਆਂ ਫਿਰ ਟਰਾਲੀਆਂ ਦਾ ਨੁਕਸਾਨ ਹੋ ਜਾਂਦੇ, ਇਸ ਕਰਕੇ ਰਿਸਕ ਨਹੀਂ ਲੈਂਦੇ, ਇੱਦਾਂ ਸਿੱਧੀ ਸਿੱਧੀ ਟਰਾਲੀ ਲੱਗ ਜਾਂਦੀ ਆ, ਚੁੰਡੀ ਨੂੰ ਚੁੱਕਣਾ ਸੌਖਾ ਹੋ ਜਾਂਦਾ ਵਾ। ਅਤੇ ਫਿਰ ਟਰਾਲੀ ਖਾਲੀ ਕਰਾ ਕੇ ਨਾਲ ਹੀ ਬੰਦੇ ਰੱਖੇ ਉਹਨਾਂ ਨੇ ਲੇਬਰ ਵਾਲੇ, ਉਹ ਸਾਫ਼ ਸਫਾਈ ਕਰਕੇ ਟਰਾਲੀਆਂ ਅੰਦਰ ਸਾਫ਼ ਕਰਕੇ, ਅਤੇ ਮੁੜ ਕੇ ਜਾ ਕੇ ਆਪਣਾ ਤੁਸੀਂ ਖਾਲੀ ਦਾ ਵਜਨ ਕਰਾਓ। ਅਤੇ ਨਾਲ ਹੀ ਇੱਥੇ ਇੱਕ ਡੂੰਘਾ ਵੀ ਲੱਗਦਾ ਵਾ, ਜਿੱਥੋਂ ਇੱਕ ਇਹਨਾਂ ਨੇ ਵੀ ਸਲਿੱਪ ਸਾਨੂੰ ਮਤਲਬ ਐਂਟਰੀ ਕਰਕੇ ਦੇਣੀ ਹੈ, ਅਤੇ ਫਿਰ ਜਾ ਕੇ ਸਾਡਾ ਜਿਹੜਾ ਖਾਲੀ ਵਜਨ ਹੋਣਾ ਵਾ। ਅਤੇ ਹੁਣ ਹੋ ਗਈ ਹੈ ਖਾਲੀ ਟਰਾਲੀ, ਹੁਣ ਚੱਲੇ ਹਾਂ ਵਜਨ ਕਰਾਉਣ ਖਾਲੀ, ਖਾਲੀ ਵਜਨ ਕਰਾ ਕੇ ਅਤੇ ਫਿਰ ਪਾਵਾਂਗੇ ਚਾਲੇ ਪਿੰਡ ਨੂੰ।
ਇਹ ਆ ਕੰਡਾ ਜਿੱਥੇ ਖਾਲੀ ਵਜਨ ਹੋਣਾ ਵਾ, ਇੱਕ ਟਰਾਲੀ ਦਾ ਹੋਣ ਡਿਆ ਵਾ, ਉਸ ਤੋਂ ਬਾਅਦ ਫਿਰ ਆਪਣੀ ਵਾਰੀ ਆ। ਅਤੇ ਜਿੱਦਾਂ ਉੱਧਰਲੇ ਬੰਨੇ ਸੀ ਨਾ ਭਰੀਆਂ ਦੇ ਹੁੰਦੇ, ਇੱਦਾਂ ਹੀ ਖਾਲੀ ਦੇ ਇੱਦਾਂ ਹੋਣੇ, ਆਹ ਖਾਲੀ ਦਾ ਵਜਨ ਹੋ ਗਿਆ ਵਾ, ਅਤੇ ਗੰਨਾ ਹੋ ਗਿਆ ਸਾਰਾ 240 ਕੁਇੰਟਲ, ਅਤੇ ਜਿਹੜਾ ਕਿ ਧੜਾ ਵੱਧਾ ਹੈ ਉਹਦੇ ਨਾਲ ਧੜਾ ਵੱਧ ਸੀ, ਕਿਉਂਕਿ ਲਾਸਟ ਪਰਚੀ ਕਰਕੇ ਕੰਮ ਚੱਲ ਗਿਆ ਸਾਡਾ, ਉੱਦਾਂ ਨਹੀਂ ਚੱਲਦਾ। ਇਹ ਪੂਰੇ ਦਿਨ ਦਾ ਮਤਲਬ ਹੁਣ ਪ੍ਰੋਸੈਸ ਵਾ, ਮਿਲ ਦੀ ਇਹ ਲਾਈਫ ਆ, ਇੱਦਾਂ ਇੱਕ ਦਿਨ ਛੱਡ ਜਾਓ, 24 ਘੰਟਿਆਂ ਬਾਅਦ ਵਾਰੀ ਆਉਂਦੀ ਆ, ਮਿਲ ਦੀ ਸਪੀਡ ਅੱਗੇ ਨਾਲੋਂ ਸਲੋਅ ਆ। ਬਾਕੀ ਜਿਨ੍ਹਾਂ ਦਾ ਵਜਨ ਹੋਏ ਨਾ ਮੇਰੇ ਅਰਗੇ, ਉਹ ਘਰ ਨੂੰ ਤੁਰ ਪੈਂਦੇ ਆ, ਬਾਕੀ ਜਿਨ੍ਹਾਂ ਦੀ ਵਾਰੀ ਆਉਣ ਵਾਲੀ ਉੱਦਾਂ ਹੀ ਕੰਟੀਨਿਊ ਆਪਣਾ ਕੰਮ ਚੱਲੀ ਜਾਂਦਾ। ਚਲੋ ਠੀਕ ਆ ਜੀ, ਓਕੇ ਬਾਏ। ਇਹ ਆ ਮਿਲ ਦੀ ਪੂਰੇ ਦਿਨ ਦੀ ਲਾਈਫ।